ਮੁੱਠ ਭਰਸਾ ਨੇ, ਗੱਲਾਂ ਵੀ ਚੰਗੀਆਂ ਨੇ, ਥੱਲੋ ਮਾਈ ਚੰਗੇ ਪਾਸੇ ਥੱਲੇ ਜਾਣੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਉਮੀਦ ਕਰਦਾ ਸਭ ਦੇਖਣ ਵਾਲੇ ਦੋਸਤ ਕੈਰੀਅਰ ਸੇ ਹੋਣਗੇ। ਮੈਂ ਹੂੰ ਅਬੂ ਪਾਸ਼ਾ ਔਰ ਆਜ ਮੈਂ ਮੌਜੂਦ ਹੂੰ 48° ਠੱਠਾ, ਮਤਲਬ ਕਿਸੇ ਠੱਠਾ ਵੀ ਕਹਤੇ ਹੈ, ਠੱਠਾ ਨੁਸਖਾ ਕਲਾਤਾ ਇਲਾਕਾ, ਲੇਕਿਨ ਜੋ ਚੱਕ ਹੈ ਨਾ ਵੋ 48° ਹੈ। ਬਾਈ ਸ਼ਰੀਫ ਕੇ ਪਾਸ ਮੌਜੂਦ ਹੂੰ, ਤੋ ਵਪਾਰ ਕਾ ਕਾਮ ਹੈ, ਉਨਕਾ ਵੀ ਜਾਨਵਰ ਵਗੈਰਾ ਲਾਤੇ ਹੈ ਸੇਲ ਕੇ ਲੀਏ, ਭੈਂਸੇ ਗਾਂ ਵਗੈਰਾ ਲੈ ਕਰ ਆਤੇ ਹੈ। ਤੋ ਆਜ ਉਨਕੇ ਪਾਸ ਇੱਕ ਭੈਂਸ ਹੈ, ਤੀਸਰਾ ਵਾਰ ਡਿਲੀਵਰ ਕਰਨਾ, ਤੀਸਰਾ ਸੂਆ ਸੂਣਾ, ਅਤੇ 4 ਤੋਂ 5 ਦਿਨ ਤਕਰੀਬਨ ਲੈਂਦੀ ਸੂਣ ਵਾਸਤੇ। ਅਤੇ ਮਾਸ਼ਾਅੱਲਾ ਚੰਗੀ ਮੱਝ ਹੈਗੀ, ਤਕਰੀਬਨ ਦਾ ਵਜ਼ਨ ਜਿਹੜਾ ਹੈਗਾ ਮੱਝ ਦਾ ਕਮੋ ਪੇਸ਼ 12 ਤੋਂ 14 ਮਣ ਵਜ਼ਨ ਹੋਣਾ ਮੱਝ ਦਾ। ਥੱਲੋ ਮੱਝ ਚੰਗੀ ਖੁੱਲ੍ਹੀ ਹੈਗੀ ਹੈ, ਬਾਕੀ ਲੇਕਿਨ ਇਹ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਵੀ ਸ਼ਕੀਨ ਨਹੀਂ ਹੈ, ਜੇ ਉਹ ਨਹੀਂ ਹੈ, ਬਾਕੀ ਗਵਾਲ ਵਾਲੀ ਮੱਝ ਹੈ। ਥੋੜ੍ਹਾ ਸ਼ੋਕ ਕਰ ਹੈ, ਲੇਕਿਨ ਸ਼ੋਕ ਪੂਰਾ ਕਰਦੀ ਹੈ, ਲੇਕਿਨ ਮੱਝ ਗਵਾਲ ਵਾਲੀ ਹੈ, ਨਸਲੀ ਮੱਝ ਸੰਪਾਲਾਂ ਦੀ। ਅਤੇ ਉਹਨਾਂ ਕੋਲ ਲੈ ਕੇ ਆਏ ਨੇ, ਪੁੱਠਾ ਪੱਠਾ ਵੀ ਚੰਗਾ ਹੈ, ਲਾਮ ਚੰਗੀ ਹੈ, ਤਕਰੀਬਨ 9 ਤੋਂ 10 ਫੁੱਟ ਲੰਮੀ ਹੈ, ਅਤੇ ਉੱਚੀ ਲੰਮੀ ਵੀ ਹੈਗੀ, ਉੱਚਾ ਕੱਦ ਕੁੱਦ ਵੀ ਹੈਗਾ ਮੱਝ ਦਾ, ਹੱਡੀਆਂ ਚੰਗੀਆਂ ਨੇ, ਪੁਸ਼ਲ ਚੰਗੀ ਹੈ, ਨਾ ਕੋਈ ਧੁੰਨੀ ਹੈ ਨਾ ਕੋਈ ਕੋਲੀ ਹੈ, ਅਤੇ ਸੋਹਣੀ ਮੱਝ ਮਾਸ਼ਾਅੱਲਾ, ਚਿੱਟੀ ਆਖੇ ਮੱਝ ਦੀ। ਬਾਕੀ ਗੱਲਾਂ ਜਿੰਨੀਆਂ ਵੀ ਕਰੀ ਥੋੜ੍ਹੀਆਂ ਨੇ, ਅਤੇ ਬਾਕੀ ਬਾਈ ਆਉਂਦੇ ਨੇ, ਉਹਨਾਂ ਨਾਲ ਗੱਲਬਾਤ ਕਰਨੀ ਆ, ਤੁਹਾਨੂੰ ਦੱਸਦੇ ਹਾਂ ਜੀ ਕੁਛ ਕੀ ਹਿਸਾਬ ਕਿਤਾਬ, ਕੀ ਰੇਟ ਸ਼ੇਟ ਹੈ, ਕੀ ਮੱਝ ਦਾ ਹਿਸਾਬ ਹੈ, ਕੀ ਦੁੱਧ ਕਿੰਨਾ, ਅਤੇ ਪਿਛਲੇ ਪਹਿਲੇ ਸੂਬੇ ਕਿੰਨਾ, ਅਤੇ ਇਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ, ਅਤੇ ਤੁਹਾਨੂੰ ਦੱਸਦੇ ਹਾਂ ਜੀ ਇਨਸ਼ਾਅੱਲਾ ਜੀ। ਵੀਡੀਓ ਐਂਡ ਤੱਕ ਦੇਖਣੀ, ਇਨਸ਼ਾਅੱਲਾ ਮਜ਼ਾ ਆਏਗਾ, ਸ਼ੋਪ ਵੀ ਕਰਾਉਣੇ ਆ, ਅਤੇ ਕੀਮਤ ਵਗੈਰਾ ਵੀ ਦੱਸਦੇ ਹਾਂ, ਹੋ ਸਕਦਾ ਇਨਸ਼ਾਅੱਲਾ ਲੈ ਵੀ ਜਾਈਏ, ਅਗਰ ਸੌਦਾ ਬਣ ਗਿਆ ਤਾਂ ਲੈ ਵੀ ਜਾਵਾਂਗੇ, ਨਹੀਂ ਤਾਂ ਫਿਰ ਖੜੀ ਤਾਂ ਹੈ ਸੇਲ ਵਾਸਤੇ ਖੜੀ ਹੈ, ਅਗਰ ਨਾ ਵੀ ਲਗਾਇਆ ਤਾਂ ਬਾਕੀ ਇਨਸ਼ਾਅੱਲਾ ਇੱਥੇ ਖੜੀ ਹੈ। ਅਸਲਾਮ ਅਲੈਕਮ ਜੀ। ਵਾਲੇਕੁਮ। ਅੱਛਾ ਬਾਈ, ਆਪਣਾ ਨਾਮ ਦੱਸਿਆ ਪਹਿਲਾਂ ਤਾਂ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ, ਅੱਛਾ ਅਤੇ ਲੋਕੇਸ਼ਨ ਕਿਹੜੀ ਜਗ੍ਹਾ? ਅੱਛਾ ਬਾਈ ਦੇ ਕੋਲੇ ਹੋ ਜੇ ਸਾਹਮਣੇ, ਚੱਕ 48 ਚੱਕ 48 ਜਿਹੜੀ, ਅਤੇ ਤਹਿਸੀਲ ਜ਼ਿਲ੍ਹਾ ਸਹੀਵਾਲ ਜੀ, ਤਹਿਸੀਲ ਜ਼ਿਲ੍ਹਾ ਸਹੀਵਾਲ, ਅਤੇ ਚੱਕ 48 ਜਿਹੜੀ ਹੈ। ਅੱਛਾ ਜਿਹੜੀ ਆਪਣੇ ਕੋਲ ਮੱਝ ਹੈ, ਇਹ ਕਿੰਨਵੇਂ ਸੂਬੇ? ਤੀਸਰੇ ਸੂਬੇ ਜੀ। ਅਤੇ ਕਿਦਣ ਲੈ ਕੇ ਆਉਂਦੀ ਜੀ? ਤੀਸਰਾ ਦਿਨ ਹੋ ਗਿਆ। ਅਤੇ ਕਿੰਨੇ ਕੁ ਦਿਨ ਕਰਦੀ ਸੁਗੰਧ? ਇੱਕ ਦੋ ਦਿਨ ਕਰਦੀ। ਤੁਸੀਂ ਦੱਸਦੇ ਪੈਸੇ ਅੱਗੇ ਵੀ ਸੰਪਾਲ ਵਾਲੀ ਮੱਝ ਹੈ, ਸੰਪਾਲ ਨਸਲ ਦੀ ਨਾ? ਅਤੇ ਦੁੱਧ ਦੁੱਧ ਦਾ ਕੀ ਹਿਸਾਬ ਤਾਂ ਪਹਿਲੇ ਹੈਗਾ ਸੀ? ਛੱਬੀ ਸਤਾਈ ਲੀਟਰ ਕਰਦੀ ਜੀ। ਛੱਬੀ ਸਤਾਈ ਲੀਟਰ ਸਤਾ ਜੀ, ਬੜਾ ਹੁੰਦਾ ਕੋਈ? ਬਿਲਕੁਲ ਜੀ, ਮੇਰੀ ਮਾਈ ਨਾ 26-27 ਕਿਲੋ ਕਰੇ, ਮੈਂ ਪੈਸਾ ਹੀ ਨਹੀਂ ਲੈਂਦਾ। ਅੱਛਾ ਜੀ, ਜਿਸ 26-27 ਲੀਟਰ ਬਣਦਾ ਕਹਿੰਦਾ ਪਿਆ, ਭਾਈ ਕਹਿੰਦਾ ਪਿਆ ਵੀ ਮੇਰੀ ਮੱਝ ਦੁੱਧ ਕਰੇਗੀ ਇਨਸ਼ਾਅੱਲਾ, ਅਤੇ ਮੱਝ ਲੱਗਦੀ ਵੀ ਥੱਲੋ ਮਾਸ਼ਾਅੱਲਾ, ਮੱਝ ਕੋਲ ਜਿਹੜਾ ਛੱਡਿਆ ਹੈਗਾ ਨਾ, ਥੱਬੇ ਜਿੱਡਾ ਮੱਝ ਕੋਲ ਛੱਡਿਆ ਮਾਸ਼ਾਅੱਲਾ, ਅਤੇ ਸੁਥਰਾ ਥਣ ਲੱਗਾ, ਬਿਰਲਾਂ ਚੰਗੀਆਂ ਨੇ, ਅਤੇ ਬਾਕੀ ਖੋਲ੍ਹ ਤਾਂ ਵਿਖਾਇਆ ਜੀ, ਚਿੱਟੀ ਅੱਖੇ ਮੱਝ ਦੀ, ਸਿੰਘ ਬੜਾ ਸੋਹਣਾ, ਗੋਲ ਕੁੰਡੀ ਵਰਗਾ ਸਿੰਘ ਹੈ ਮਾਸ਼ਾਅੱਲਾ, ਅੱਖਾਂ ਬਲਬ ਵਰਗੀਆਂ ਅੱਖਾਂ ਨੇ, ਲੰਮੀ ਚੰਗੀ ਹੈ, ਤਕਰੀਬਨ 9 ਤੋਂ 10 ਫੁੱਟ ਲੰਮੀ ਹੈ, ਨਾ ਕੋਈ ਧੁੰਨੀ ਹੈ ਨਾ ਕੋਈ ਕੌੜੀ ਹੈ, ਚੈੱਕ ਕਰ ਲਓ ਜੀ, ਐਡੀ ਮੱਝ ਹੈ ਮਾਸ਼ਾਅੱਲਾ, ਤੇ ਧੁੰਨੀ ਜ਼ਰਾ ਜੀ ਨਹੀਂ, ਅਤੇ ਥੱਲੋਂ ਮੱਝ ਚੈੱਕ ਕਰ ਲਓ, ਥਣ ਮਾਸ਼ਾਅੱਲਾ ਬੜਾ ਸੋਹਣਾ ਲੱਗਾ, ਅਗਰ ਮੁੱਠ ਭਰ ਥਾਂ ਨੇ, ਗਿਰਲਾਂ ਵੀ ਚੰਗੀਆਂ ਨੇ, ਥੱਲੋਂ ਮੱਝ ਚੰਗੇ ਪਾਸੇ ਥੱਬੇ ਜੀ ਨਹੀਂ। ਟੋਰਿਆ ਟੋਰਿਆ
ਚੈੱਕ ਕਰ ਲਓ ਜੀ। ਅਸੀਂ ਤਕਰੀਬਨ ਦੋ ਤਿੰਨ ਦਿਨ ਕੱਢ ਜਾਏ ਜੀ ਮੱਝ, ਹੈ ਨਾ ਜੀ? ਬਿਲਕੁਲ ਦੋ ਤਿੰਨ ਦਿਨ, ਥੋੜ੍ਹੀ ਢਿੱਲੀ ਪਈ ਜੀ, ਦੋ ਤਿੰਨ ਦਿਨ ਕੱਢ ਜਾਏ ਜੀ। ਮਾਸ਼ਾਅੱਲਾ ਕਾਲੀ ਸ਼ਾਹ ਮੱਝ, ਸਾਰੀ ਕਾਲੀ ਸ਼ਾਹ, ਮੱਥੇ ਦੇ ਨਿੱਕੀ ਹੁਣ ਵੀ ਚਿੱਟੀ, ਅਤੇ ਚਿੱਟੀ ਚਿੱਟੀ ਆਖੇ ਮਾਸ਼ਾਅੱਲਾ, ਅਤੇ ਮਾਸ਼ਾਅੱਲਾ ਸੋਹਣੀ ਸੁਥਰੀ ਮੱਝ। ਵਜ਼ਨ ਦਾ ਮੱਝ ਦਾ ਵਜ਼ਨ ਹੈਗਾ 12 ਤੋਂ 14 ਮਨ ਤਕਰੀਬਨ ਮੱਝ ਦਾ ਵਜ਼ਨ ਹੈਗਾ। ਅਤੇ ਪਹਿਲੇ ਦੂਜੇ ਸੂਬੇ ਬਾਈ ਦੱਸਦਾ ਪਿਆ ਸੀ ਵੀ 5-6 ਲੀਟਰ ਦੁੱਧ ਕਰਦੀ ਰਹੀਏ, ਅਤੇ ਇਨਸ਼ਾਅੱਲਾ ਐਤਕੀ ਵੀ ਕਮੋ ਪੇਸ਼ 5 ਲੀਟਰ ਦਾ ਕਾਂ ਲਾਜ਼ਮੀ ਕਰੇਗੀ ਨਾ, ਹੈ ਨਾ? ਇਨਸ਼ਾਅੱਲਾ ਜੀ, ਗਰੰਟੀ ਨਾਲ ਮੱਝ ਦਿਆਂਗੇ ਇਨਸ਼ਾਅੱਲਾ। ਜਿਹੜਾ ਬਾਈ ਲੈ ਕੇ ਜਾਏਗਾ ਗਰੰਟੀ ਨਾਲ ਦਿਆਂਗੇ, ਥਣਾਂ ਦੀ ਤਸੱਲੀ ਕਰਾਵਾਂਗੇ, ਸਾਫ਼ ਨਾ ਕੋਈ ਰੋੜੀ ਨਾ ਕੋਈ ਕਿਸੇ ਕਿਸਮ ਦਾ ਐਪ, ਇਨਸ਼ਾਅੱਲਾ ਸਾਫ਼ ਸੁਥਰੇ ਥਾਣੋਂ ਬਣਗੇ। ਅੱਛਾ ਲਾਲਾ ਨਾ ਇੱਥੇ ਸਾਹਮਣੇ ਆ ਕੇ ਇਹਦਾ ਮੁੱਲ ਕਰ ਦੀ ਪੱਕਾ, ਜਿੱਥੇ ਜਿੰਨੇ ਦੀ ਆਪਾਂ ਮੱਝ ਦੇਣੀ ਹੈ, ਐਵੇਂ ਵੱਧ ਘੱਟ ਕਰਨ ਦਾ ਫਾਇਦਾ ਕੋਈ ਹੁੰਦਾ? ਅੱਛਾ ਮੁੱਲ ਵਾਲਾ ਇਹਨਾਂ ਦੱਸੀ, ਪੱਕਾ ਜਿਹਾ ਮੁੱਲ ਕਰੀ ਜਿੱਥੇ? 6 ਲੱਖ ਦੀ? ਕੋਈ ਘੱਟ ਵੱਧ? 6 ਲੱਖ ਦੀ ਮੱਝ ਦੇਣੀ? ਅੱਛਾ ਜੀ, 6 ਲੱਖ ਮੱਝ ਦਾ ਮੁੱਲ ਹੈ। ਅਤੇ ਬਾਕੀ ਮਾਸ਼ਾਅੱਲਾ ਮੱਝ ਵੀ ਚੰਗੀ ਹੈਗੀ, ਇਹ ਨਹੀਂ ਕਿ ਮੱਝ ਨਹੀਂ ਚੰਗੀ, ਮੱਝ ਵੀ ਚੰਗੀ ਮਾਸ਼ਾਅੱਲਾ, ਮੱਝ ਦਾ ਹੀ ਮੁੱਲ ਮੰਗਿਆ ਉਹਨੇ ਬਾਈ ਨੇ। ਬਾਕੀ ਆਪਾਂ ਇਹ ਨਹੀਂ ਕਿ ਬਾਈ ਨੇ ਕਸਮ ਚੱਕਤੀ, ਆਪਾਂ ਜੇ ਹੋਰ ਕੋਈ ਬੰਦਾ ਲੈਣਾ ਚਾਹੁੰਦਾ ਹੋਵੇ ਰਾਬਤਾ ਕਰ ਸਕਦਾ, ਇਨਸ਼ਾਅੱਲਾ ਜਾਇਜ਼ ਮੁਨਾਸਿਬ ਲੈ ਲਵਾਂਗੇ, ਥੋੜ੍ਹੀ ਤੋੜ ਦਿਆ ਭਰਾ ਨੂੰ। ਅਤੇ ਤੁਹਾਨੂੰ ਦੁਬਾਰਾ ਇੱਕ ਵਾਰੀ ਫਿਰ ਮੱਝ ਦਿਖਾ ਦੇਣੇ, ਇਨਸ਼ਾਅੱਲਾ ਮਾਸ਼ਾਅੱਲਾ ਚੈੱਕ ਕਰੋ ਜੀ, ਮੱਝ ਕੋਲ ਮਾਸ਼ਾਅੱਲਾ ਥੱਬੇ ਜਿੱਡਾ ਛੱਡਿਆ ਜੀ, ਪੂਛੇ ਪੈਰਾਂ ਤੱਕ, ਪੂਛੇ ਵਾਲੇ ਮਾਸ਼ਾਅੱਲਾ ਬਰੀਕ ਪੂਛੇ ਵਾਲੇ ਪੈਰਾਂ ਤੱਕ, ਹੱਡੀਆਂ ਵੱਡੀਆਂ ਮੱਝਾਂ ਚੰਗੀਆਂ ਨੇ, ਸੋਹਣੀ ਸੁਥਰੀ ਜੀ। 6 ਲੱਖ ਰੁਪਇਆ ਮੁੱਲ ਹੈ, ਬਾਕੀ ਇਨਸ਼ਾਅੱਲਾ ਅਗਰ ਬੰਦਾ ਰਾਬਤਾ ਕਰੇਗਾ ਤਾਂ ਹੋਰ ਜਾਇਜ਼ ਮੁਨਾਸਿਬ ਕਰਕੇ ਮੱਝ ਲੈ ਲਵਾਂਗੇ ਜੀ। ਇਨਸ਼ਾਅੱਲਾ ਮਿਲਦੇ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼।